ਦੁਨੀਆ ਦੇਖਦੀ ਹੈ ਕਿ ਜਿਨ੍ਹਾਂ ਨੂੰ ਧਰਮ ਦੇ ਖੇਤਰ ਵਿੱਚ ਕਦੀ ਨੇੜੇ ਨਹੀਂ ਆਉਣ ਦਿੱਤਾ ਗਿਆ, ਜਿਨ੍ਹਾਂ ਨੂੰ ਕਦੀ ਧਰਮ ਦੀ ਗੱਲ ਸੁਣਨ ਨਹੀਂ ਦਿੱਤੀ ਗਈ, ਜਿਨ੍ਹਾਂ ਨੂੰ ਧਰਮ ਦੀ ਗੱਲ ਲਿਖਣ ਦਾ ਅਧਿਕਾਰ ਨਹੀਂ ਸੀ, ਲੇਕਿਨ ਭਾਈ ਸਾਹਿਬ ਆਨੰਦ ਲਾਲ ਜੀ ਆਖਦੇ ਨੇ ਐਸੇ ਬੰਦਿਆਂ ਨੇ ਜਿਨ੍ਹਾਂ ਨੇ ਆਪਣੀ ਕਲਮ ਦੇ ਨਾਲ ਵਸਫ ਲਿਖੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਨਾਮਵਰ ਲਤੂ ਵਲੁਤਫ ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਦੇ ਸਦਕਾ ਉਹ ਨਾਮਵਰ ਹੋ ਗਏ, ਜਿਨ੍ਹਾਂ ਬੰਦਿਆਂ ਨੇ ਸਤਿਗੁਰਾਂ ਦੇ ਖਾਕ ਬੋਸੇ ਪਾਏ ਗੁਰੂ ਗੋਬਿੰਦ ਸਿੰਘ, ਜਿਨ੍ਹਾਂ ਨੇ ਸਤਿਗੁਰਾਂ ਦੇ ਚਰਨਾਂ ਨੂੰ ਚੁੰਮਿਆ, ਧੂੜ ਨੂੰ ਆਪਣੇ ਮਸਤਕ 'ਤੇ ਲਗਾਇਆ, ਔਰ ਖਾਕ ਬੋਸੇ ਪਾਏ ਗੁਰੂ ਗੋਬਿੰਦ ਸਿੰਘ, ਮੁਕਬਲ ਆਜ਼ਿਆ ਲਾਏ ਗੁਰੂ ਗੋਬਿੰਦ ਸਿੰਘ, ਮਕਬੂਲ ਹੋ ਗਏ, ਪਰਵਾਨੇ ਗਏ। ਐਸੀਆਂ ਗੱਲਾਂ ਕਰਦਿਆਂ ਹੋਇਆਂ ਜਦੋਂ ਅਖੀਰ ਵਿੱਚ ਆਖਦੇ ਨੇ, ਕਹਿੰਦੇ ਨੇ ਮੈਨੂੰ ਕਹਿਣਾ ਪਏਗਾ, ਜਿਹੜੀ ਗੱਲ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤੀ ਸੀ, ਅੱਜ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਗੱਲ ਨੂੰ ਸੰਪੂਰਨ ਕਰ ਦਿੱਤਾ, ਸੰਪੂਰਨਤਾ ਦੀ ਮੋਹਰ ਲਗਾ ਦਿੱਤੀ। ਔਰ ਮੈਨੂੰ ਕਹਿਣਾ ਪਏਗਾ, ਕਾਦਰੇ ਹਰ ਕਾਰ ਗੁਰੂ ਗੋਬਿੰਦ ਸਿੰਘ, ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ, ਜਿਨ੍ਹਾਂ ਨੂੰ ਕੋਈ ਸੀਨੇ ਨਾਲ ਨਹੀਂ ਲਾਉਂਦਾ ਸੀ, ਸਤਿਗੁਰੂ ਸਾਹਿਬਾਨ ਨੇ ਉਹਨਾਂ ਨੂੰ ਆਪਣੇ ਸੀਨੇ ਨਾਲ ਲਾਇਆ। ਕਦੀ ਗੁਰੂ ਨਾਨਕ ਸਾਹਿਬ ਜੀ ਨੇ, ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਸੀ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕਾ ਸੰਗ ਸਾਥ, ਵੱਡਿਆਂ ਸਿਉਂ ਕਿਆ ਰੀਸ। ਲੇਕਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਖਾਲਸਾ ਰੂਪ ਦੇ ਵਿੱਚ ਪ੍ਰਗਟ ਕਰਕੇ, ਇਹ ਗੱਲ ਕਹਿ ਕੇ ਕਿ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਫਿਰ ਆਪ ਉਹਨਾਂ ਦੇ ਵਿੱਚ ਖੜੋ ਗਏ, ਔਰ ਬਿਲਕੁਲ ਆਪ ਉਹਨਾਂ ਦੇ ਵਿੱਚ ਅਭੇਦ ਹੋ ਗਏ। ਇਹ ਇਤਿਹਾਸਕ ਬੋਲ ਨੇ, ਖਾਲਸਾ ਮੇਰੋ ਸੱਜਣ ਪੂਰਾ, ਖਾਲਸਾ ਮੇਰੋ ਸਤਿਗੁਰ ਪੂਰਾ, ਹਾਂ ਖਾਲਸੇ ਕੋ ਖਾਲਸਾ ਮੇਰੋ ਓਤ ਬੋਤ ਸਾਗਰ ਬੁੰਦੇ ਰੋ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ, ਅਰੇ ਖਾਲਸਾ ਹੈ ਮੋਗਰੇ ਮੈਂ ਤਨ ਤੇ ਮਨ ਤੇ, ਸਿਰ ਲਓ ਧਨ ਹੈ ਸਭ ਹੀ ਇਨਹੀ ਕੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਖਾਲਸੇ ਨੂੰ ਇਹ ਮਾਣ ਦਿੱਤਾ, ਖਾਲਸੇ ਨੂੰ ਸਭ ਕੁਝ ਸੌਂਪ ਦਿੱਤਾ। ਕਦੀ ਸਮਾਂ ਆਇਆ, ਬਾਬਾ ਬੰਦਾ ਸਿੰਘ ਹੋਰਾਂ ਨੇ ਪੰਜਾਬ ਨੂੰ ਤੁਰਨ ਲੱਗਿਆਂ ਹੋਇਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਆਦੇਸ਼ ਦੀ ਪੂਰਤੀ ਦੇ ਵਾਸਤੇ ਆਖਿਆ, ਰਿੱਧ ਸਿੱਧ ਕਿਸੇ ਹਮ ਵੀ ਰਹੀਏ, ਜਿਮ ਪਤੀਆਰੋ ਜਗ ਮੈਂ ਪਈਏ। ਸਤਿਗੁਰੂ ਕਹਿਣ ਲੱਗੇ, ਬੰਦਾ ਸਿਆਂ ਅਸਾਂ ਨੇ ਹਮਨੇ ਸੌਂਪ ਖਾਲਸੇ ਦਿਓ, ਔਰ ਜਿੱਥੋਂ ਤੱਕ ਤੇਰੀ ਗੱਲ ਹੈ, ਹਮਨੇ ਤੂੰ ਵੀ ਖਾਲਸੋ ਰਲਾਇਓ, ਔਰ ਤੂੰ ਵੀ ਖਾਲਸੋ ਵੰਡੋ ਪਾਇਓ, ਅਸਾਂ ਨੇ ਤੈਨੂੰ ਵੀ ਖਾਲਸੇ ਵਿੱਚ ਸ਼ਾਮਿਲ ਕਰ ਦਿੱਤਾ ਹੈ, ਅਤੇ ਜੋ ਵੰਡਾ ਆਉਣ ਵਾਲਾ ਹੈ, ਹਿੱਸਾ ਆਉਣ ਵਾਲਾ ਹੈ, ਉਸ ਦਾ ਤੂੰ ਵੀ ਹਿੱਸੇਦਾਰ ਹੋਏਗਾ, ਔਰ ਅਸੀਂ ਤੇਰੇ ਨਾਲ ਵਚਨ ਕਰਦੇ ਹਾਂ। ਰਹੀ ਗੱਲ ਇਹ ਕਿ ਤੈਨੂੰ ਕਦੀ ਲੋੜ ਹੋਵੇ ਕਿਸੇ ਪ੍ਰਕਾਰ ਦੀ, ਅਤੇ ਤੈਨੂੰ ਲੋੜ ਦੀ ਥੋੜ੍ਹ ਨਾ ਵਿਆਪੇ, ਤਾਂ ਪੰਜ ਸਿੰਘ ਲੈ ਕੇ ਤੂੰ ਸਾਥ ਕਰ ਅਰਦਾਸ, ਪੂਰੀ ਹੋਏ ਬਾਤ, ਪੰਜਾਂ ਸਿੰਘਾਂ ਨੂੰ ਨਾਲ ਲੈ ਕੇ ਅਰਦਾਸ ਕਰੀ, ਜਿਸ ਵੇਲੇ ਪੰਜ ਸਿੰਘ ਅਰਦਾਸ ਕਰਨਗੇ ਤਾਂ ਸਮਝੀ ਅਸੀਂ ਉਹਨਾਂ ਦੇ ਵਿੱਚ ਸ਼ਾਮਿਲ ਹਾਂ, ਔਰ ਜਦ ਤੈਨੂੰ ਕਦੀ ਕਿਸੇ ਘੋਰ ਸੰਗਰਾਮ ਦਾ ਸਾਹਮਣਾ ਕਰਨਾ ਪੈ ਜਾਏ, ਪੰਜ ਸਿੰਘਾਂ ਦੇ ਪਾਸੋਂ ਅਰਦਾਸ ਕਰਵਾ ਕੇ ਜਿਸ ਵੇਲੇ ਫਿਰ ਤੂੰ ਤੀਰ ਚਲਾਏਗਾ ਨਾ, ਬੰਦਾ ਸਿਆਂ ਉਹ ਤੀਰ ਤੇਰਾ ਨਹੀਂ ਹੋਵੇਗਾ, ਉਹ ਤੀਰ ਗੁਰੂ ਗੋਬਿੰਦ ਸਿੰਘ ਦਾ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।